ਸਤਿ ਸ਼੍ਰੀ ਅਕਾਲ, ਖੇਡ ਮੈਦਾਨ ਬੋਲਦਾ ਹੈ ਦੇ ਵਿੱਚ ਸਵਾਗਤ ਹੈ। ਖੇਡ ਮੈਦਾਨ ਬੋਲਦਾ ਹੈ ਦੇ ਰਾਹੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਖੇਡਾਂ ਦੇ ਸਫ਼ਰ ਦੇ ਵਿੱਚ ਜਾਂ ਖੇਡਾਂ ਦੇ ਪਿੜ ਦੇ ਵਿੱਚ ਬਹੁਤ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਯੋਗਦਾਨ ਪਾਉਂਦੇ ਆ ਰਹੇ ਨੇ ਅਤੇ ਕਾਫ਼ੀ ਉਹ ਅੱਗੇ ਵੀ ਉਪਰਾਲੇ ਕਰਦੇ ਨੇ ਕਿ ਫਿਊਚਰ ਦੇ ਵਿੱਚ ਜੋ ਪੰਜਾਬ ਦੀ ਜਵਾਨੀ ਆ ਉਸ ਨੂੰ ਨਸ਼ਿਆਂ ਤੋਂ ਜਾਂ ਹੋਰ ਨਾਲਾਮਤਾਂ ਤੋਂ ਬਚਾਇਆ ਜਾ ਸਕੇ। ਇਸ ਵਕਤ ਮੇਰੇ ਨਾਲ ਮੌਜੂਦ ਨੇ ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸ਼੍ਰੀ ਐਚ ਐਸ ਭੁੱਲਰ ਜੀ, ਹਰਚਰਨ ਸਿੰਘ ਭੁੱਲਰ ਜੀ, ਅਤੇ ਉਹਨਾਂ ਦੀ ਬੈਕਗਰਾਊਂਡ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਜੋ ਡੀ ਜੀ ਪੀ ਮਾਲ ਸਿੰਘ ਭੁੱਲਰ ਸੀ ਖੇਡਾਂ ਦੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਮਸੀਹਾ ਕਿਹਾ ਜਾਂਦਾ, ਉਹਨਾਂ ਦੇ ਉਹ ਪੁੱਤਰ ਨੇ, ਅਤੇ ਇਸ ਵਕਤ ਜੋ ਐਚ ਐਸ ਭੁੱਲਰ ਜੀ ਨੇ ਇਹ ਜੋ ਪੰਜਾਬ ਵਾਲੀਬਾਲ ਐਸੋਸੀਏਸ਼ਨ ਆ ਉਸ ਦੇ ਉਹ ਪ੍ਰੈਜ਼ੀਡੈਂਟ ਨੇ, ਅਤੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਚੈਲੇਂਜ ਸਭ ਤੋਂ ਵੱਡਾ ਖੇਡਾਂ ਦੇ ਵਿੱਚ ਕੀ ਹੈ ਅੱਜ ਦੇ ਸਮੇਂ ਦੇ ਵਿੱਚ, ਜੇ ਆਪਾਂ ਤੁਹਾਨੂੰ ਦੇਖੀਏ ਕਿ ਤੁਹਾਨੂੰ ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨੌਜਵਾਨਾਂ ਨੂੰ ਇਸ ਦੇ ਵਿੱਚ ਲੈ ਕੇ ਆਉਣ ਲਈ, ਕੀ ਚੈਲੇਂਜ ਹੁੰਦਾ? ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਜਿਹੜਾ ਹੈ ਉਹ ਖਾਸਾ, ਲੇਕਿਨ ਨੌਜਵਾਨ ਉੱਥੇ ਸਾਡੇ ਫਰਸਟ੍ਰੇਟ ਹੋ ਜਾਂਦੇ ਨੇ ਜਿੱਥੇ ਅੱਗੇ ਉਹਨਾਂ ਨੂੰ ਜੋਬ ਅਪਰਚੁਨਿਟੀਜ਼ ਨਹੀਂ ਮਿਲਦੀ। ਸੋ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਨੌਜਵਾਨਾਂ ਲਈ, ਸਾਡੇ ਖਿਡਾਰੀਆਂ ਲਈ ਜੋਬ ਅਪਰਚੁਨਿਟੀਜ਼ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੀ ਉਹਨਾਂ ਨੂੰ ਇਸ ਚੀਜ਼ ਦਾ ਹੌਸਲਾ ਹੋਵੇ ਕਿ ਜਦੋਂ ਅਸੀਂ ਇਸ ਮੁਕਾਮ 'ਤੇ ਪਹੁੰਚਦੇ ਹਾਂ ਤਾਂ ਸਾਨੂੰ ਅੱਗੇ ਕੋਈ ਜੋਬ ਮਿਲੇਗੀ। ਠੀਕ ਹੈ, ਸਰਕਾਰਾਂ ਦਾ ਸਰ ਕੀ ਰੋਲ ਰਹਿੰਦਾ? ਕਿਉਂਕਿ ਆਮ ਤੌਰ 'ਤੇ ਆਪਾਂ ਦੇਖਿਆ ਜਾਂਦਾ ਕਿ ਨੌਜਵਾਨ ਬਾਹਰ ਨੂੰ ਭੱਜਦੇ ਨੇ, ਹਰ ਇੱਕ ਕੋਈ ਇਹੀ ਕਹਿੰਦਾ ਕਿ ਸਰਕਾਰਾਂ ਉਹਨਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੰਦੀਆਂ, ਜਿਵੇਂ ਤੁਸੀਂ ਵੀ ਇਹ ਗੱਲ ਕਰ ਚੁੱਕੇ ਹੋ ਕਿ ਇਹ ਚੀਜ਼ ਮੁੱਖ ਲੋੜ ਹੈ, ਤਾਂ ਸਰਕਾਰਾਂ ਇੱਥੇ ਕੀ ਰੋਲ ਨਿਭਾ ਸਕਦੀਆਂ ਨੇ ਕਿ ਤਾਂ ਜੋ ਪੰਜਾਬ ਦੀਆਂ ਖੇਡਾਂ ਨੂੰ ਵੀ ਬਚਾਇਆ ਜਾ ਕੇ ਇਸ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਵੀ ਬਚਾਇਆ ਜਾ ਸਕੇ? ਕੀ ਰੋਲ ਮੰਨਦੇ ਹੋ ਸਰਕਾਰਾਂ ਦਾ? ਜਿੱਥੇ ਕਿ ਸਰਕਾਰ ਦਾ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ, ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਸਾਡੀ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਦੀਆਂ ਜਿਹੜੀਆਂ ਸੀਟਾਂ ਨੇ ਉਹ ਰਿਜ਼ਰਵ ਕੀਤੀਆਂ ਹੋਈਆਂ ਨੇ। ਜਿਹੜੇ ਖਿਡਾਰੀ ਉੱਪਰਲੇ ਲੈਵਲ 'ਤੇ ਆਉਂਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਉਹ ਰੁਜ਼ਗਾਰ ਮਿਲਦਾ, ਇਹਦੇ 'ਚ ਗੌਰਮੈਂਟ ਨੂੰ ਜਿਹੜੀਆਂ ਰੈਗੂਲਰ ਇਹਨਾਂ ਦੀਆਂ ਰਿਕਰੂਟਮੈਂਟ ਜਿਹੜੀ ਹੈ ਉਹ ਕਰਦੇ ਰਹਿਣਾ ਚਾਹੀਦਾ ਹੈ। ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਮੇਰੇ ਪਿਤਾ ਜੀ ਸਾਹਿਬ ਮਹਿਲ ਸਿੰਘ ਭੁੱਲਰਾ ਰਾਣੇ, ਜਿਹੜਾ ਵੀ ਦੇਸ਼ ਦੇ ਵਿੱਚੋਂ ਜਾਂ ਪੰਜਾਬ ਦਾ ਕੋਈ ਖਿਡਾਰੀ ਮੈਡਲ ਲੈ ਕੇ ਆਉਂਦਾ ਸੀ ਅਤੇ ਉਹਨਾਂ ਨੂੰ ਅੱਗੇ ਓਪਰਚੁਨਿਟੀ ਦਿੱਤੀਆਂ ਸੀ, ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤਾ, ਅੱਜ ਉਹਨਾਂ ਖਿਡਾਰੀਆਂ ਦੇ ਵਿੱਚੋਂ ਹੀ ਕਈ ਜਿਹੜੇ ਨੇ ਐਸ ਐਸ ਪੀ ਰੈਂਕ ਤੱਕ ਵੀ ਪਹੁੰਚੇ ਨੇ ਔਰ ਬੜੀ ਫੀਲਡ ਦੇ ਵਿੱਚ ਵੀ ਬਹੁਤ ਪੁਲਿਸ ਦੇ ਵਿੱਚ ਮਿਹਨਤ ਕਰ ਰਹੇ ਨੇ। ਜਿੱਥੇ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਨੂੰ ਰੋਕਣ ਲਈ ਉਪਰਾਲਾ ਕਰ ਰਹੇ ਹਾਂ, ਉੱਥੇ ਖਿਡਾਰੀ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਇੱਕ ਰੋਲ ਮਾਡਲ ਦੇ ਤੌਰ 'ਤੇ, ਰੋਲ ਮਾਡਲ ਦੇ ਤੌਰ 'ਤੇ ਜਿਹੜਾ ਕੰਮ ਕਰਦੇ ਨੇ ਔਰ ਇੱਕ ਅੱਛਾ ਖਿਡਾਰੀ ਇੱਕ ਇਲਾਕੇ 'ਚੋਂ, ਇੱਕ ਪਿੰਡ 'ਚੋਂ, ਇੱਕ ਲੋਕੈਲਿਟੀ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ ਤਾਂ ਬਾਕੀ ਬੱਚੇ ਜਿਹੜੇ ਨੇ ਉਹਨੂੰ ਦੇਖ ਕੇ ਹੋਰ ਉਤਸ਼ਾਹਿਤ ਹੁੰਦੇ ਨੇ। ਤਾਂ ਨੈਚੁਰਲੀ ਜਦੋਂ ਗੇਮਾਂ ਵਾਲੇ ਪਾਸੇ ਆਪਾਂ ਬੱਚਿਆਂ ਨੂੰ ਲਾਵਾਂਗੇ, ਖੇਡਾਂ ਵਾਲੇ ਪਾਸੇ ਲਾਵਾਂਗੇ, ਤਾਂ ਜਿਹੜਾ ਕੋਈ ਭੁੱਲ ਭੁਲੇਖੇ ਕੋਈ ਬੱਚਾ ਗੁੰਮਰਾਹ ਹੋ ਕੇ ਨਸ਼ਿਆਂ ਵਾਲੇ ਪਾਸੇ ਲੱਗਾ ਹੈ ਤਾਂ ਉਹਨੂੰ ਇੱਕ ਸੁਧਰਨ ਦਾ ਮੌਕਾ ਮਿਲੇਗਾ ਔਰ ਉਹਦੇ ਵਿੱਚ ਜਿਹੜੇ ਉਸ ਲੋਕੈਲਿਟੀ ਦੇ ਲੋਕ ਨੇ, ਉਸ ਪਿੰਡ ਦੇ ਲੋਕ ਨੇ, ਉਹਨੂੰ ਇੱਕ ਜਿਹੜਾ ਰੋਲ ਮਾਡਲ ਖਿਡਾਰੀ ਹੈ ਉਹਦੀ ਨਾਲ ਪ੍ਰੇਰਣਾ ਦੇ ਕੇ ਕਿ ਇਹ ਖਿਡਾਰੀ ਕਿਹੜੀ ਮੁਕਾਮ 'ਤੇ ਪਹੁੰਚਿਆ ਹੈ ਅਤੇ ਤੈਨੂੰ ਵੀ ਇਹ ਛੱਡ ਕੇ ਇਸ ਪਾਸੇ ਜਿਹੜਾ ਲੱਗਣਾ ਚਾਹੀਦਾ, ਖੇਡਾਂ ਵਾਲੇ ਪਾਸੇ ਲੱਗਣਾ ਚਾਹੀਦਾ, ਤਾਂ ਕਿ ਜਿਹੜਾ ਉਹ ਆਪਣੇ ਜੀਵਨ ਦੇ ਵਿੱਚ ਚੰਗਾ ਜਿਹੜਾ ਭਵਿੱਖ ਆਪਣਾ ਬਣਾ ਸਕੇ। ਉਹਨੂੰ ਚੰਗੀ ਕੋਚਿੰਗ ਦੀ ਲੋੜ ਹੈ ਸਾਡੇ ਪੰਜਾਬ ਦੇ ਵਿੱਚ ਹਰੇਕ ਗੇਮ ਦੇ ਵਿੱਚ, ਔਰ ਇੱਦਾਂ ਦਾ ਐਟਮੋਸਫੀਅਰ ਕ੍ਰੀਏਟ ਕੀਤਾ ਜਾਵੇ ਜਿਹਦੇ 'ਚ ਖਿਡਾਰੀਆਂ ਨੂੰ ਇੱਕ ਡਾਇਟ ਪ੍ਰੋਪਰ ਉਹਨਾਂ ਨੂੰ ਮਿਲੇ, ਉਹਨਾਂ ਨੂੰ ਕੋਚਿੰਗ ਮਿਲੇ, ਉਹਨਾਂ ਨੂੰ ਅੱਛੇ ਗਰਾਊਂਡ ਮਿਲਣ ਜਿਹੜੇ, ਤਾਂ ਕਿ ਉਹ ਖੇਡ ਦੇ ਵਿੱਚ ਕਾਮਯਾਬ ਹੋਰ ਉਹਨਾਂ ਨੂੰ ਵਿਦੇਸ਼ੀ ਕੋਚਾਂ ਤੋਂ ਜਾਂ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਕਈ ਕੋਚਿਸ ਨੇ, ਉਹਨਾਂ ਕੋਚਾਂ ਤੋਂ ਟ੍ਰੇਨਿੰਗ ਲੈਣ ਦਾ ਅਪਰਚੁਨਿਟੀ ਮਿਲਣੀ ਚਾਹੀਦੀ ਹੈ, ਜੋ ਕਿ
ਸਰਕਾਰਾਂ ਦਾ ਫਰਜ਼ ਬਣਦਾ ਕਿ ਇੱਦਾਂ ਦਾ ਜਿਹੜਾ ਮਾਹੌਲ ਕ੍ਰੀਏਟ ਕਰਕੇ ਉਹਨਾਂ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦਵਾਈ ਜਾਵੇ ਤਾਂ ਕਿ ਉਹ ਸਾਡੀ ਸਟੇਟ ਦਾ, ਪੰਜਾਬ ਦਾ, ਦੇਸ਼ ਦਾ, ਵਰਲਡ ਦੇ ਵਿੱਚ ਨਾਂ ਪੈਦਾ ਕਰ ਸਕਣ, ਔਰ ਇਹਦੇ 'ਚ ਖਿਡਾਰੀਆਂ 'ਚ ਨੈਚੁਰਲੀ ਜਿਹੜੀ ਉਹ ਹੱਲਾਸ਼ੇਰੀ ਆਏਗੀ। ਲਾਸਟ ਸਵਾਲ ਹੈ ਸਰ, ਕੀ ਮੰਨਦੇ ਹੋ ਕਿ ਤੁਸੀਂ ਆਪੇ ਗੱਲ ਕਹੀ ਹੈ ਕਿ ਸਰਕਾਰਾਂ ਨੂੰ ਸਾਰਾ ਇਨਫਰਾਸਟ੍ਰਕਚਰ ਜਾਂ ਹੋਰ ਗਰਾਊਂਡ ਵਗੈਰਾ ਜੇ ਅਗਰ ਖਿਡਾਰੀ ਦਿੱਤੇ ਜਾਣ ਤਾਂ ਨੈਚੁਰਲੀ ਆ ਕਿ ਹੋਰ ਪਾਸੇ ਨਹੀਂ ਜਾਂਦੇ, ਤਾਂ ਕੀ ਮੰਨਣਾ ਕਿ ਸਰਕਾਰਾਂ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਜੇ ਗੱਲ ਕਰ ਲੈਣ ਤਾਂ ਪਿੰਡਾਂ ਦੇ ਵਿੱਚ ਸਟੇਡੀਅਮ ਤਿਆਰ ਕਰ ਲਏ ਜਾਣ, ਜਾਂ ਜਿਹੜੇ ਆਲਰੇਡੀ ਸਟੇਡੀਅਮ ਬਣੇ ਹੋਏ ਨੇ ਜਾਂ ਸਥਾਪਿਤ ਕੀਤੇ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਕੋਈ ਨਾ ਕੋਈ ਹੰਧਾ ਦੇ ਦੇਣ, ਇਸ ਦੇ ਵਿੱਚ ਕੀ ਮੰਨਦੇ ਹੋ? ਦੇਖੋ, ਸਾਡੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਬਹੁਤ ਹੀ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ। ਸਾਡੇ ਜਿਹੜੇ ਖੇਡ ਮੰਤਰੀ ਨੇ ਰਾਣਾ ਗੁਰਮੀਤ ਸਿੰਘ ਜੀ ਸੋਢੀ, ਉਹ ਪੂਰਾ ਜ਼ੋਰ ਲਾ ਰਹੇ ਨੇ ਕਿ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਸਟੇਡੀਅਮ ਨੇ ਉਹਨਾਂ ਨੂੰ ਤਿਆਰ ਕੀਤਾ ਜਾਵੇ, ਨਵੀਂ ਓਪਰਚੁਨਿਟੀ ਹੋਰ ਦਿੱਤੀ ਜਾਵੇ, ਖਿਡਾਰੀਆਂ ਨੂੰ ਗਰਾਊਂਡ ਦਿੱਤੇ ਜਾਣ, ਜਿਵੇਂ ਕਿ ਪਿੱਛੇ ਇੰਟਰਨੈਸ਼ਨਲ ਕਬੱਡੀ ਖੇਡ ਮੇਲਾ ਵੀ ਉਹਨਾਂ ਨੇ ਕਰਾਇਆ। ਇਸ ਤਰੀਕਾ ਦੇ ਹਰੇਕ ਤਰ੍ਹਾਂ ਦਾ ਇੱਕ ਪਲੇਟਫਾਰਮ ਪੰਜਾਬ ਸਰਕਾਰ ਦੇ ਰਹੀ ਹੈ ਜੀ। ਇਹਦੇ ਨਾਲ ਮੈਂ ਪਬਲਿਕ ਨੂੰ ਔਰ ਜਿਹੜੇ ਖੇਡ ਪ੍ਰਮੋਟਰ ਨੇ, ਖੇਡ ਸਪੋਰਟਰ ਨੇ, ਉਹਨਾਂ ਨੂੰ ਵੀ ਨਾਲ ਬੇਨਤੀ ਕਰਾਂਗਾ ਕਿ ਉਹ ਵੀ ਸਰਕਾਰਾਂ ਦੇ ਇਹਦੇ 'ਚ ਸਹਿਯੋਗ ਦੇਣ, ਤਾਂ ਕਿ ਸਾਰੇ ਜਣੇ ਆਪਾਂ ਰਲ ਮਿਲ ਕੇ ਜਿਹੜੇ ਖਿਡਾਰੀਆਂ ਲਈ ਚੰਗਾ ਐਟਮੋਸਫੇਅਰ ਵਧੀਆ ਜਿਹੜਾ ਉਹ ਤਿਆਰ ਕਰ ਸਕੇ। ਸਰ, ਤੁਸੀਂ ਜਰਖੜ ਸਟੇਡੀਅਮ ਆਏ ਹੋ ਜਿੱਥੇ ਕਿ ਸਾਡਾ ਸਟੂਡੀਓ ਹੈ, ਦੇਖਿਆ ਨੇ ਤੁਸੀਂ ਇਸ ਵਕਤ ਖੇਡਾਂ ਚੱਲਦੀਆਂ ਨੇ ਦਸੰਬਰ ਦੇ ਮਹੀਨੇ ਦੇ ਵਿੱਚ, ਤਾਂ ਕਿਵੇਂ ਲੱਗ ਰਿਹਾ ਕਿ ਕਿਸ ਲੈਵਲ ਦੀਆਂ ਖੇਡਾਂ ਹੋ ਰਹੀਆਂ ਨੇ ਅਤੇ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਸਟੇਡੀਅਮ ਆਉਣਾ, ਵੀ ਉਹ ਵੀ ਮਤਲਬ ਆਪਣੇ ਲੈਵਲ ਦੇ ਉੱਤੇ ਜੋ ਇੱਥੇ ਦੇ ਹੈਗੇ ਨੇ ਸਹਿਯੋਗ ਕੀਤਾ? ਮੈਂ ਦੂਸਰੀ ਵਾਰ ਇਸ ਪਿੰਡ ਦੇ ਵਿੱਚ ਆਇਆ, ਔਰ ਜਿਹੜਾ ਪਿੰਡ ਵੱਲੋਂ, ਇੱਥੋਂ ਦੇ ਕਲੱਬ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ, ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਇੱਥੇ ਸਾਰੇ ਪੰਜਾਬ ਦੇ ਖਿਡਾਰੀਆਂ ਨੂੰ, ਮੈਂ ਹੁਣ ਹਾਕੀ ਦਾ ਮੈਚ ਦੇਖਿਆ, ਉੱਥੇ ਇੱਕ ਅੰਮ੍ਰਿਤਸਰ ਦੀ ਟੀਮ ਸੀ, ਇੱਕ ਸੰਗਰੂਰ ਦੀ ਟੀਮ ਸੀ, ਸਾਰੇ ਖਿਡਾਰੀਆਂ ਨੂੰ ਹਰੇਕ ਵਰਗ ਦੇ ਵਿੱਚ, ਏਜ ਦੇ ਅਲੱਗ ਅਲੱਗ ਗਰੁੱਪ ਦੇ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ। ਉਹਨਾਂ ਨੂੰ ਚੰਗਾ ਇੱਥੇ ਗਰਾਊਂਡ ਮਿਲੇ ਨੇ, ਔਰ ਇਹਨਾਂ ਗਰਾਊਂਡ ਚੰਗੇ ਮਿਲਣ ਕਰਕੇ ਚੰਗੀ ਇੱਥੇ ਪਿੰਡ ਦੀ ਜਿਹੜੀ ਅਕੈਡਮੀ ਹੈ, ਜਿਹੜਾ ਇੱਥੋਂ ਦਾ ਕਲੱਬ ਹੈ, ਉਹ ਆਪਣੇ ਪਿੰਡ ਦੀ ਵੀ ਚੰਗੀ ਜਿਹੜੀ ਉਹਨਾਂ ਨੇ ਅਕੈਡਮੀ ਤਿਆਰ ਕੀਤੀ ਹੈ, ਖਿਡਾਰੀ ਤਿਆਰ ਕੀਤੇ ਨੇ, ਇਹਦੇ 'ਚੋਂ ਇਹ ਖਿਡਾਰੀ ਇੱਥੋਂ ਸਿੱਖ ਕੇ ਜਾਣਗੇ, ਤਾਂ ਕਿ ਅਸੀਂ ਵੀ ਆਪਣੇ ਇਲਾਕੇ 'ਚ ਆਪਣੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਕਲੱਬ ਬਣਾਈਏ, ਤਾਂ ਕਿ ਇਹ ਜਿਹੜਾ ਵਧੀਆ ਖੇਡਾਂ ਦਾ ਜਿਹੜਾ ਮਾਹੌਲ ਬਣਾਇਆ ਜਾ ਸਕੇ। ਔਰ ਜਰਖੜ ਪਿੰਡ ਇੱਕ ਇਸ ਤਰ੍ਹਾਂ ਦਾ ਪਿੰਡ ਹੈ ਜਿੱਥੋਂ ਕਿ ਪੰਜਾਬ ਦੇ ਸਾਰੇ ਹੀ ਖੇਡ ਕਲੱਬਾਂ ਨੂੰ, ਸਾਡੇ ਖੇਡ ਪ੍ਰਮੋਟਰਾਂ ਨੂੰ, ਖੇਡ ਸਪੋਰਟਰਾਂ ਨੂੰ ਇੱਥੋਂ ਸਿੱਖਣ ਦੀ ਲੋੜ ਹੈ, ਤਾਂ ਕਿ ਉਹ ਆਪੋ ਆਪਣੇ ਇਲਾਕੇ ਦੇ ਵਿੱਚ, ਆਪੋ ਆਪਣੇ ਪਿੰਡਾਂ ਦੇ ਵਿੱਚ ਮਿਹਨਤ ਕਰਕੇ ਜਿਹੜੇ ਇੱਦਾਂ ਦਾ ਐਟਮੋਸਫੀਅਰ ਕ੍ਰੀਏਟ ਕਰਨ, ਇੱਦਾਂ ਦੇ ਗਰਾਊਂਡ ਬਣਾਉਣ, ਇਸ ਤਰ੍ਹਾਂ ਦੀ ਕੋਚਿੰਗ ਦੇਣ, ਔਰ ਇਹਦੇ ਨਾਲ ਜਿਹੜਾ ਸਾਡੀਆਂ ਖੇਡਾਂ ਨੈਚੁਰਲੀ ਜਿਹੜੀਆਂ ਪ੍ਰਮੋਟ ਹੋਣਗੀਆਂ, ਅਤੇ ਜਿਹੜਾ ਪਿੰਡ ਚਰਖੜ ਦੇ ਵਿੱਚ ਇਹ ਜਿਹੜਾ ਖੇਡ ਦਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ, ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਜਿਹੜਾ ਇਹ ਉਪਰਾਲਾ ਕੀਤਾ ਗਿਆ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਸਾਨੂੰ ਟਾਈਮ ਦੇਣ ਲਈ। ਸੋ ਸਰ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਪਿੰਡ ਪਿੰਡ ਦੇ ਵਿੱਚ ਹਰ ਇੱਕ ਨੂੰ ਹੰਭਲਾ ਮਾਰਨ ਦੀ ਲੋੜ ਹੈ ਕਿ ਤਾਂ ਜੋ ਜਰਖੜ ਵਰਗੇ ਜੋ ਪਿੰਡ ਨੇ ਉੱਥੇ ਸਟੇਡੀਅਮ ਜੋ ਐਡੇ ਵੱਡੇ ਆਪਣੇ ਆਪ ਦੇ ਵਿੱਚ ਮਿਸਾਲ ਹੈ, ਅਤੇ ਤਾਂ ਜੋ ਉਹ ਜਿਹੇ ਸਟੇਡੀਅਮ ਹਰ ਇੱਕ ਪਿੰਡ ਦੇ ਵਿੱਚ ਹੋ ਸਕਣ। ਔਰ ਇੱਕ ਸਾਡੇ ਦਰਸ਼ਕਾਂ ਨੂੰ ਸਾਡੀ ਵੀ ਅਪੀਲ ਹੈ ਕਿ ਖੇਡ ਮੈਦਾਨ ਬੋਲਦਾ ਹੈ ਜੋ ਇਸ ਚੈਨਲ ਹੈ, ਇਸ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਫੇਸਬੁੱਕ ਉੱਤੇ ਸਾਡਾ ਪੇਜ ਲਾਈਕ ਕਰਨਾ ਨਾ ਭੁੱਲਣਾ, ਤਾਂ ਜੋ ਸਾਡੀ ਹਰ ਇੱਕ ਅਪਡੇਟ, ਤਾਂ ਜੋ HS ਭੁੱਲਰ ਵਰਗੀਆਂ ਜੋ ਸਾਡੇ ਸ਼ਖਸੀਅਤਾਂ ਨੇ, ਅਸੀਂ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ, ਜਿੰਨੇ ਵੀ ਫਿਊਚਰ ਦੇ ਵਿੱਚ ਅਸੀਂ ਇੰਨੇ ਇੰਟਰਵਿਊ ਕਰੀਏ, ਤੁਸੀਂ ਹਰ ਇੱਕ ਇੰਟਰਵਿਊ ਨੂੰ ਤੁਸੀਂ ਸਾਨੂੰ ਦੇਖ ਸਕੋ। ਅਤੇ ਯਾਦਵਿੰਦਰ ਸਿੰਘ ਧੂਰ ਦੇ ਨਾਲ ਜਗਦੀਪ ਸਿੰਘ ਜਰਖੜ।